ਵਿਧਾਨਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਸਿਆਸੀ ਖੇਡ ਵੀ ਹੁਣ ਲਗਾਤਾਰ ਭਖਣੀ ਸ਼ੁਰੂ ਹੋ ਗਈ ਹੈ। ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਟਰਵਿਊ ਦੇ ਨਾਲ ਹੋਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਪੰਜਾਬ ਦੇ ਵਿੱਚ ਵਰਚੁਅਲ ਰੈਲੀ ਨੂੰ ਸੰਬੋਧਨ ਵੀ ਕਰ ਚੁੱਕੇ ਨੇ ਤੇ ਹੁਣ 3 ਦਿਨ ਉਹ ਫੇਰ ਪੰਜਾਬ ਦੇ ਵਿੱਚ ਆਉਣਗੇ। ਪਰ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਦਿੱਤਾ ਹੈ। ਇੱਕੋ ਹੀ ਇੰਟਰਵਿਊ ਵੱਖ ਵੱਖ ਟੀਵੀ ਚੈਨਲਾਂ ਤੇ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਦੇ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਦਾ ਜ਼ਿਕਰ ਕੀਤਾ ਹੈ ਤੇ ਇਸ ਇੰਟਰਵਿਊ ਦੇ ਵਿੱਚ ਪ੍ਰਧਾਨ ਮੰਤਰੀ ਉਸ ਮੁੱਦੇ ਤੇ ਬਿਲਕੁਲ ਨਹੀਂ ਬੋਲੇ ਜਦੋਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਪੰਜਾਬ ਆਏ ਸੀ। ਸੁਰੱਖਿਆ ਦੇ ਵਿੱਚ ਕਮੀ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਹੱਲਾ ਗੁੱਲਾ ਮਚਾਇਆ ਸੀ ਬੀਜੇਪੀ ਦੇ ਲੀਡਰਾਂ ਨੇ, ਮੰਤਰੀਆਂ ਨੇ ਤੇ ਸਮਰਥਕਾਂ ਨੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮੈਂ ਇਸ ਤੇ ਕੁਛ ਨਹੀਂ ਬੋਲਾਂਗਾ ਕਿਉਂਕਿ ਜਾਂਚ ਦਾ ਮੁੱਦਾ ਹੈ। ਸੋ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਬਿਆਨ ਦਿੱਤੇ ਨੇ। ਪੰਜਾਬੀਆਂ ਦੇ ਲਈ, ਸਿੱਖਾਂ ਦੇ ਲਈ ਕੀ ਕੁਛ ਕਿਹਾ ਹੈ ਦੱਸਦੇ ਹਾਂ। ਮੋਦੀ ਨੇ ਕਿਹਾ ਕਿ ਮੈਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਦਰਦ ਨੂੰ ਸਮਝਦਾ, ਮੈਂ ਹਮੇਸ਼ਾ ਉਹਨਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਇੱਕ ਅਜਿਹਾ ਵਿਅਕਤੀ ਹਾਂ ਜੋ ਕਿਸਾਨਾਂ ਦਾ ਦਿਲ ਜਿੱਤਣ ਵਾਲੀ ਯਾਤਰਾ ਤੇ ਹਾਂ। 3 ਖੇਤੀ ਕਾਨੂੰਨ ਅਸੀਂ ਕਿਸਾਨਾਂ ਦੇ ਹਿੱਤ ਵਿੱਚ ਲਿਆਂਦੇ ਸੀ, ਪਰ ਕੁਝ ਕਿਸਾਨਾਂ ਨੂੰ ਮਨਜ਼ੂਰ ਨਾ ਹੋਣ ਕਰਕੇ ਅਸੀਂ ਵਾਪਸ ਲੈ ਲਏ, ਕਿਉਂਕਿ ਅਸੀਂ ਹਮੇਸ਼ਾ ਕਿਸਾਨਾਂ ਦੇ ਭਲੇ ਲਈ ਕੰਮ ਕੀਤਾ ਹੈ। 14, 16 ਤੇ 17 ਫਰਵਰੀ ਨੂੰ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਸਿੱਖਾਂ ਦੇ ਲਈ ਉਹਨਾਂ ਨੇ ਇੱਕ ਖਾਸ ਕਹਾਣੀ ਹੈ ਜਿਹੜੀ ਉਹ ਭਾਰਤ ਵਾਸੀਆਂ ਨੂੰ ਦੱਸੀ ਹੈ, ਖਾਸ ਕਰਕੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ। ਕਹਿੰਦੇ, ਮੈਂ ਪੰਜਾਬੀਆਂ ਦੀ ਬਹਾਦਰੀ ਵੇਖੀ ਹੈ। ਅੱਤਵਾਦ ਦੇ ਸਮੇਂ ਸ਼ਾਮ ਤੋਂ ਬਾਅਦ ਕੋਈ ਨਹੀਂ ਸੀ ਨਿਕਲ ਸਕਦਾ। ਮੈਂ ਮੋਗੇ ਜਾਂ ਤਰਨ ਤਾਰਨ ਦੇ ਵਿੱਚ ਸੀ, ਅਗਲੇ ਸਟੇਸ਼ਨ ਤੇ ਜਾਣਾ ਸੀ, ਪ੍ਰੋਗਰਾਮ ਕਰਕੇ ਮੈਨੂੰ ਦੇਰ ਹੋ ਗਈ ਸੀ, ਮੇਰੇ ਨਾਲ ਡਰਾਈਵਰ ਸੀ। ਬਦਕਿਸਮਤੀ ਨਾਲ ਸਾਡੀ ਕਾਰ ਰਾਹ ਦੇ ਵਿੱਚ ਖਰਾਬ ਹੋ ਗਈ ਸੀ। ਮੇਰੇ ਕੋਲ ਇੱਕ ਪੁਰਾਣਾ ਰਾਜਦੂਤ ਹੁੰਦਾ ਸੀ, ਮੈਦਾਨ ਦੇ ਵਿੱਚ 2-3 ਸਰਦਾਰ ਸਨ, ਉਹ ਭੱਜ ਕੇ ਆਏ। ਉਹਨਾਂ ਨੇ ਸਾਡੀ ਕਾਰ ਨੂੰ ਧੱਕਾ ਲਾਉਣ ਦੇ ਵਿੱਚ ਮਦਦ ਕੀਤੀ। ਉਹਨਾਂ ਨੇ ਸਾਨੂੰ ਕਿਹਾ ਸੀ ਕਿ ਜੇ ਤੁਹਾਨੂੰ ਬੁਰਾ ਨਾ ਲੱਗੇ ਤਾਂ ਇੱਕ ਕੰਮ ਕਰਨ ਦਿਓ। ਉਹ ਮੈਨੂੰ ਤੇ ਮੇਰੇ ਡਰਾਈਵਰ ਨੂੰ ਖੇਤ ਵਿੱਚ ਬਣੀ ਝੌਂਪੜੀ ਦੇ ਵਿੱਚ ਲੈ ਗਏ ਸੀ, ਮੈਨੂੰ ਸੰਭਾਲਿਆ ਤੇ ਫਿਰ ਸਵੇਰੇ ਜਾਣ ਦਿੱਤਾ। ਸਵੇਰੇ ਉਹਨਾਂ ਦੇ ਹੀ ਲੜਕੇ ਨੇ ਮਕੈਨਿਕ ਲੱਭ ਕੇ ਸਾਡੀ ਕਾਰ ਠੀਕ ਕਰਵਾਈ ਤੇ ਫਿਰ ਅਸੀਂ ਆਪਣੇ ਅਗਲੇ ਪੜਾਅ ਦੇ ਲਈ ਰਵਾਨਾ ਹੋਏ। ਪੰਜਾਬ ਮੈਂ ਬਹੁਤ ਰਹਾ ਹੂੰ, ਮੈਂ ਪੰਜਾਬ ਕੇ, ਮੇਰਾ ਬੜਾ ਨਾਤਾ ਰਹਾ ਹੈ। ਮੈਂ ਪੰਜਾਬ ਕੇ ਲੋਕੋਂ ਕੀ ਜੋ ਵੀਰਤਾ ਹੈ ਨਾ, मैंने देखी पंजाब के लोगों के दिल को। मैं जानता हूँ, मैं आपको एक उदाहरण बताता हूँ। मैं अपनी पार्टी का काम, उस समय तो ये आतंकवाद बड़ी एकदम हालत बड़ी खराब थी। देर हो गई, मैं और मेरे ड्राइवर दो ही थे, हम निकले और दुर्भाग्य से हमारी गाड़ी खराब हो गई। रास्ते धक्के भी लगाए, कोशिश की। खेत में 2-3 सरदार थे, वो दौड़ते हुए, उन्होंने भी धक्के लगाने में मदद की। फिर हमने कहा भाई नजदीक से कोई हमें कोई मैकेनिक मिलेगा कि नहीं मिलेगा। साहब यहाँ तो अभी तो कोई मिलेगा नहीं, बहुत दूर दूर है। फिर उन्होंने मुझे कहा कि देखो भाई, तुम्हें बुरा न लगे तो एक बात करो। मैंने कहा क्या? बोले तुम गाड़ी यहाँ छोड़ दो, तुम और तुम्हारा ड्राइवर खेत में हमारे साथ चलो, हमारी वहाँ झोपड़ी है, वहीं खाना खा लो और रात को रुक जाओ। सरदार परिवार जिस प्रकार से उन्होंने मुझे संभाला, उन्होंने कहा भाई कुछ भी हो तुम सुबह जाओ, अब यहीं रुक जाओ। बाद में उनको पता चला मैं तो भाजपा का कार्यकर्ता हूँ। वो कहा ठीक है भाई, तुम भाजपा के हो, कुछ भी हो तुम आज रात मेरे यहाँ रुको। मैं हैरान हूँ जी, खेत में उन्होंने अपनी जो छोटी सी जगह होती है उसमें रखा, मेरा खान पान की व्यवस्था की और सुबह उनका बेटा जाकर के एक मैकेनिक को ले आया, गाड़ी ठीक की और ਮੈਨੇ ਪੰਜਾਬ ਕਾ ਇਹ ਦਿਲ ਦੇਖਾ ਹੈ। ਸੋ ਪ੍ਰਧਾਨ ਮੰਤਰੀ ਦਾ ਪੰਜਾਬ ਆਉਣ ਤੋਂ ਪਹਿਲਾਂ ਦਾ ਇਹ ਇੱਕ ਇੰਟਰਵਿਊ ਹੈ ਜਿਹੜਾ ਕਿ ਵੱਡੇ ਪੱਧਰ ਤੇ ਲੋਕ ਦੇਖ ਵੀ ਰਹੇ ਨੇ।